ਉਹ ਭਾਅ ਜੀ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਆ, ਸਟਰਗਲ ਬਹੁਤ ਕਰਨਾ ਪੈਂਦਾ ਜਦੋਂ ਬੰਦਾ ਉੱਠਦਾ ਆ, ਬਹੁਤ ਮਿਹਨਤ ਕਰਨੀ ਪੈਂਦੀ ਜਦੋਂ ਗਾਂਹ ਜੇ ਜਾਂਦਾ, ਹੋਰ ਮਿਹਨਤ ਵਧਾਉਣੀ ਪੈਂਦੀ ਆ, ਫਿਰ ਵਧੀਆ ਪਲੇਅਰ 'ਚ ਖੇਡੀ ਤਾਂ ਹੋਰ ਮਿਹਨਤ ਜ਼ਿਆਦਾ ਕਰਨੀ ਪੈਂਦੀ। ਵਰਕ ਭਾਅ ਜੀ ਦੋ ਟਾਈਮ ਕਰੀਦਾ, ਸਵੇਰੇ ਵੀ ਅਤੇ ਸ਼ਾਮ ਵੀ। ਅੱਛਾ, ਦੋ ਟਾਈਮ ਕਰਦੇ? ਹਾਂ, ਦੋਵੇਂ ਟਾਈਮ ਗਰਾਊਂਡ 'ਚ ਕਰੀਦਾ। ਕਿੰਨੀ ਕਿੰਨੀ ਮਿਹਨਤ ਕਰਦੇ ਦੋਵੇਂ ਟਾਈਮ? ਸਵੇਰੇ ਭਾਅ ਜੀ ਜਿੱਦਾਂ ਆਪਣਾ ਗਰਾਊਂਡ 'ਚ 2 ਘੰਟੇ ਰਨਿੰਗ ਲਾ ਲਈ, 2 ਘੰਟੇ ਰਨਿੰਗ, 1 ਘੰਟਾ ਰਨਿੰਗ ਲਾ ਲਈ, ਠੀਕ ਹੈ, ਸਪਰਿੰਟਾਂ ਲਾ ਲਈਆਂ, ਹੋਰ ਸਟ੍ਰੈਚਿੰਗ ਕਰ ਲਈ, ਸ਼ਾਮ ਨੂੰ ਆਪਣਾ ਜਿਮ 'ਚ ਅੱਠਾ ਆ। ਅੱਛਾ, ਜਿਮ 'ਚ ਉਹਨਾਂ ਨਾਲ ਆਪਣਾ ਬਹੁਤ ਜਿੱਦਾਂ ਇਕੱਠੇ ਰਹੀਦਾ ਨਾ, ਅਤੇ ਪਿਆਰ ਪੂਰੀ ਬਹੁਤ ਆ ਆਪਣੇ ਨਾਲ, ਤਾਂ ਪਸੰਦ ਵੀ ਬਹੁਤ ਨੇ, ਕਬੱਡੀ ਬਹੁਤ ਸੋਹਣੀ ਪਾਉਂਦੇ ਆ। ਸੁਣੇ ਮੁੰਡੇ ਜਿਹੜੇ ਤੁਸੀਂ ਵੇਖ ਰਹੇ ਹੋ, ਯੂਕੇ ਸੁਪਰ ਸਪੋਰਟਸ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਦੇ ਏਰੀਆ, ਵੈਸਟ ਬ੍ਰਾਮਿਸ਼, ਬੜਾ ਜ਼ਬਰਦਸਤ ਵੈਦਰ ਹੋਇਆ ਪਿਆ, ਕੱਪ ਤਾਂ ਕੈਂਸਲ ਹੋ ਗਿਆ ਲੇਕਿਨ ਪਲੇਅਰ ਮੇਰੇ ਨਾਲ ਲੈ ਗਏ। ਭਾਅ ਜੀ ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ, ਖੁਸ਼ੀ ਮਿਲਦੀ ਹੋ ਗਿਆ ਯੂਕੇ ਸੁਪਰ ਸਪੋਰਟਸ। ਸਤਿ ਸ਼੍ਰੀ ਅਕਾਲ ਭਾਅ ਜੀ, ਸਾਡੇ ਨਾਲ ਜਰਨੀ ਦੱਸੋ, ਤੁਹਾਡਾ ਨਾਂ ਕੀ ਭਾਅ ਜੀ? ਮੈਂ ਸਭ ਤੋਂ ਮੇਰਾ ਭਾਅ ਜੀ ਉੱਦਾਂ ਸਿੱਧਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ। ਅੱਛਾ, ਵੈਸੇ ਕਬੱਡੀ 'ਚ ਪਾਲਾ ਕਹਿ ਦਿੰਦੇ, ਡੇਰਾ ਨਾਨਕ ਤੋਂ। ਅੱਛਾ ਭਾਅ ਜੀ, ਤੁਸੀਂ ਸਟਾਪਰ ਹੋ ਜਾਂ ਰੇਡਰ ਹੋ? ਮੈਂ ਸਟਾਪਰ ਹਾਂ ਭਾਅ ਜੀ। ਇਹ ਸਟਾਪਰ ਹੋ ਅਤੇ ਕਿਹੜੇ ਕਲੱਬ ਵੱਲੋਂ ਖੇਡਦੇ ਪਏ ਯੂਕੇ 'ਤੇ ਜਾ ਕੇ? ਮੈਂ ਡਰਬੀ ਕਲੱਬ 'ਚ ਖੇਡ ਰਿਹਾ ਜੀ। ਡਰਬੀ ਕਲੱਬ ਹੀ ਖੇਡਦੇ ਪਏ, ਅਤੇ ਇਹ ਫਸਟ ਸੀਜ਼ਨ ਯੂਕੇ ਦਾ? ਮੈਂ ਫਸਟ ਟਾਈਮ ਆਇਆ ਜੀ। ਅੱਛਾ, ਅਤੇ ਕਿੰਨਾ ਚਿਰ ਹੋ ਗਿਆ ਪ੍ਰੋਫੈਸ਼ਨਲ ਕਬੱਡੀ ਖੇਡਦੇ ਹੋ? ਮੈਨੂੰ ਭਾਅ ਜੀ ਕੋਲ 7 ਸਾਲ ਹੋ ਗਏ ਜੀ। 7 ਸਾਲ ਹੋ ਗਏ? ਹਾਂਜੀ। ਅਤੇ ਇਸ ਤੋਂ ਪਹਿਲੇ ਕਿਹੜੇ ਕਿਹੜੀ ਕੰਟਰੀ ਦੇ ਵਿੱਚ ਗਏ ਹੋ ਇਸ ਤੋਂ ਪਹਿਲੇ, ਜਾਂ ਫਸਟ ਟਾਈਮ ਕਿਸੇ ਫਾਰਨ ਕੰਟਰੀ ਦਾ ਟੂਰ ਕੀਤਾ? ਪਹਿਲਾਂ ਭਾਅ ਜੀ ਬਹਿਰੀਨ ਗਿਆ ਸੀ। ਅਤੇ ਬਹਿਰੀਨ ਗਿਆ? ਹਾਂ, ਦੂਜੀ ਵਾਰੀ ਇੱਥੇ ਆਇਆ। ਅਤੇ ਬਹਿਰੀਨ, ਇੰਗਲੈਂਡ ਅਤੇ ਪੰਜਾਬ, ਚੜ੍ਹਦੇ ਪੰਜਾਬ ਦੀ ਕਬੱਡੀ ਦੇ ਵਿੱਚ ਕੀ ਗਰਾਊਂਡਾਂ ਦੇ ਵਿੱਚ ਕੀ ਫਰਕ ਆ? ਇੱਥੇ ਭਾਅ ਜੀ ਕਬੱਡੀ ਥੋੜ੍ਹੀ ਟਫ ਆ, ਘਾਹ ਲਈ ਗਰਾਊਂਡਾਂ ਹੁੰਦੀਆਂ ਨੇ, ਇਸ ਕਰਕੇ ਥੋੜ੍ਹਾ ਪਹਿਲੀ ਵਾਰੀ ਖੇਡਣੇ ਆ ਘਾਹ ਦੀ ਗਰਾਊਂਡ 'ਚ ਥੋੜ੍ਹਾ ਟਫ ਹੋ ਜਾਂਦਾ, ਆਪਣੇ ਉੱਥੇ ਖੇਡਦੇ ਰਹੀਦਾ ਮਿੱਟੀ ਦੀ ਗਰਾਊਂਡ 'ਚ, ਉਹ ਇੰਨਾ ਨਹੀਂ ਔਖਾ ਲੱਗਦਾ। ਅੱਛਾ, ਜਿਹੜਾ ਇੰਨਾ ਕਬੱਡੀ ਦਾ ਚਿਰ ਹੋ ਗਿਆ ਪ੍ਰੋਫੈਸ਼ਨਲ ਕਬੱਡੀ ਖੇਡਣੇ ਹੋ, ਅਤੇ ਕਿਹੜੇ ਕਿਸੇ ਵੱਡੇ ਰੇਡਰ ਨੂੰ ਫੜਿਆ ਜਿਹਨੂੰ ਫੜ ਕੇ ਤੁਹਾਨੂੰ ਲੱਗਾ ਯਾਰ ਕਿ ਮੈਂ ਇੰਨੇ ਵੱਡੇ ਰੇਡਰ ਨੂੰ, ਜਿਨ੍ਹਾਂ ਨੂੰ ਅਸੀਂ ਟੀਵੀਆਂ 'ਤੇ ਵੇਖੀਦਾ ਸੀ, ਜਾਂ ਬੰਦੇ ਦੇ ਜ਼ਿਹਨ 'ਚ ਹੁੰਦਾ ਯਾਰ ਇਹ ਵੱਡਾ ਰੇਡਰ ਫੜ ਕੇ ਬੜਾ ਆਪਣਾ ਆਪ ਨੂੰ ਪ੍ਰਾਊਡ ਫੀਲ ਕੀਤਾ? ਕਈ ਮੇਲੇ ਭਾਅ ਜੀ ਵਧੀਆ ਲੱਗ ਜਾਂਦੇ, ਹੈ ਨਾ, ਕਈ ਮਾਰਾ ਲੱਗ ਜਾਂਦਾ। ਸਟਾਰ ਪਲੇਅਰ ਕੁਲਦੀਪ ਨੂੰ ਫੜਿਆ ਹੀ ਆ, ਕੋਈ ਕਈ ਨਹੀਂ ਫੜਿਆ, ਉਹਨਾਂ ਕਿ ਸੁਲਤਾਨ ਨੂੰ ਫੜਿਆ, ਸੁਲਤਾਨ ਨੂੰ ਫੜਿਆ ਸੀ ਉਦੋਂ ਸਾਡੇ ਪਿੰਡ ਲੱਗੇ ਮੈਂ ਸੀ, ਮੈਂ 2 ਕਬੱਡੀਆਂ ਫੜਿਆ ਸੁਲਤਾਨ ਨੂੰ, ਉਦੋਂ ਬਹੁਤ ਖੁਸ਼ੀ ਹੋਈ ਕਿਉਂਕਿ ਉਦੋਂ ਨਵੇਂ ਖੇਡਦੇ ਸੀ ਅਜੇ। ਅੱਛਾ, ਅਤੇ ਉਦੋਂ ਵੀ ਮੈਂ ਸੁਲਤਾਨ ਨੂੰ 2 ਵਾਰੀ ਫੜਤਾ ਸੀ, ਦੋਵਾਂ ਫੜਿਆ। ਹਾਂਜੀ, ਅਤੇ ਯੂਕੇ ਦੇ ਵਿੱਚ ਜਿਹੜਾ ਹੁਣ ਤੁਸੀਂ ਡਰਬੀ ਕਲੱਬ ਉਦੋਂ ਖੇਡੇ, ਤੁਹਾਡੇ ਨਾਲ ਕਿਹੜਾ ਕਿਹੜਾ ਹੋਰ ਜਿਹੜਾ ਮਤਲਬ ਪ੍ਰੋਫੈਸ਼ਨਲ ਪਲੇਅਰ 'ਤੇ ਆ ਕੇ ਖੇਡ ਰਿਹਾ? ਰੇਸ਼ਮ ਇਸ ਲਈ ਨੈਰਾ ਰੇਡਰ, ਅਤੇ ਇੱਕ ਭਲਵਾਨ ਹੈ ਗੁਰਦੁਆਲੀ ਤੋਂ। ਦੋ ਬੰਦੇ ਹੁੰਦਾ ਖੇਡ? ਹਾਂਜੀ, ਦੋ ਬੰਦੇ ਵਧੀਆ, ਇੱਕ ਪੰਡਤ ਆ ਰੇਡਰ। ਪੰਡਰ ਰੇਡਰ ਹੋ ਗਿਆ। ਤੁਹਾਡਾ ਪ੍ਰਮੋਟਰ ਕੌਣ ਹੈ ਜਿਹੜਾ ਤੁਹਾਨੂੰ ਜਿਹਨੇ ਯੂਕੇ ਘੱਲਿਆ? ਭਾਅ ਜੀ ਸੁੱਖਾ ਭਾਅ ਜੀ ਆ। ਸੁੱਖਾ ਭਾਅ ਜੀ? ਹਾਂਜੀ ਹਾਂਜੀ। ਅਤੇ ਜਿਹੜਾ ਆਪਣਾ ਉੱਥੇ ਕਲੱਬ ਹੈ, ਉਸ ਕਲੱਬ ਦਾ ਕੀ ਨਾਂ ਹੈ ਪੰਜਾਬ ਦੇ ਵਿੱਚ ਜਿਹੜਾ ਕਲੱਬ ਆ? ਮੈਂ DAV ਕਲੱਬ ਵੱਲੋਂ ਖੇਡਦਾ ਜਲੰਧਰ 'ਚ। ਜਲੰਧਰ ਵਿੱਚ ਖੇਡਦੇ? ਹਾਂਜੀ ਹਾਂਜੀ। ਅਤੇ ਭਾਅ ਜੀ ਜਿਹੜਾ ਇੱਕ ਲਾਈਕ ਪ੍ਰੋਫੈਸ਼ਨਲ ਪਲੇਅਰ ਹੁੰਦਾ ਜਦੋਂ ਕਿਸੇ ਫਾਰਨ ਕੰਟਰੀ ਖੇਡ ਕੇ ਜਾਂਦਾ ਅਤੇ ਖੇਡਣ ਜਾਂਦਾ, ਤਾਂ ਉਹਦੇ ਪਿੱਛੇ ਉਹ ਕਿੰਨੀ ਮਿਹਨਤ ਕਰਕੇ ਆਉਂਦਾ ਉੱਥੇ? ਬਹੁਤ ਭਾਅ ਜੀ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਆ, ਸਟਰਗਲ ਬਹੁਤ ਕਰਨਾ ਪੈਂਦਾ ਜਦੋਂ ਬੰਦਾ ਉੱਠਦਾ ਆ, ਬਹੁਤ ਮਿਹਨਤ ਕਰਨੀ ਪੈਂਦੀ, ਜਦੋਂ ਗਾਂਹ ਜੇ ਜਾਂਦਾ ਹੋਰ ਮਿਹਨਤ ਵਧਾਉਣੀ ਪੈਂਦੀ ਆ, ਫਿਰ ਵਧੀਆ ਪਲੇਅਰ 'ਚ ਖੇਡੀ ਤਾਂ ਹੋਰ ਮਿਹਨਤ ਜ਼ਿਆਦਾ ਕਰਨੀ ਪੈਂਦੀ। ਅਤੇ ਜਿਹੜੀ ਭਾਅ ਜੀ ਮਿਹਨਤ ਆ ਜਿਹੜੇ ਸਾਡੇ ਯੰਗਸਟਰ ਹੁੰਦੇ ਸਾਨੂੰ ਵੇਖਦੇ ਮੁੰਡਿਆਂ ਨੂੰ ਕਿ ਯਾਰ ਮੁੰਡਾ ਫਾਰਨ ਕੰਟਰੀ ਖੇਡਣ ਗਿਆ, ਤੁਸੀਂ ਉਹਨਾਂ ਯੰਗਸਟਰਾਂ ਨੂੰ ਕੀ ਕਹਿਣਾ ਚਾਹੋਗੇ ਯਾਰ ਕਿ ਕਿੰਨੀ ਮਿਹਨਤ ਕਰਨੀ ਪੈਂਦੀ? ਲਾਈਕ ਤੁਸੀਂ ਕਿਸੇ ਫਾਰਨ ਕੰਟਰੀ ਜਾਂਦੇ ਜਾਂ ਵੱਡਾ ਮੈਚ ਖੇਡਦੇ ਤਾਂ ਤੁਸੀਂ ਤੁਹਾਨੂੰ ਕੋਈ ਕਲੱਬ ਪਿੱਕ ਕਰਦਾ, ਉਹਦੇ ਪਿੱਛੇ ਭਾਅ ਜੀ ਕਿੰਨੀ ਤੋਂ ਹਾਰਡ ਵਰਕ ਹੁੰਦਾ? ਵਰਕ ਭਾਅ ਜੀ 2 ਟਾਈਮ ਕਰੀਦਾ, ਸਵੇਰੇ ਵੀ ਅਤੇ ਸ਼ਾਮ ਵੀ। ਅੱਛਾ, 2 ਟਾਈਮ ਕਰਦੇ? ਹਾਂ, ਦੋਵੇਂ ਟਾਈਮ ਗਰਾਊਂਡ 'ਚ ਕਰੀਦਾ। ਕਿੰਨੀ ਕਿੰਨੀ ਮਿਹਨਤ ਕਰਦੇ ਦੋਵੇਂ ਟਾਈਮ? ਸਵੇਰੇ ਭਾਅ ਜੀ ਜਿੱਦਾਂ ਆਪਣਾ ਗਰਾਊਂਡ 'ਤੇ 2 ਘੰਟੇ ਰਨਿੰਗ ਲਾ ਲਈ, 2 ਘੰਟੇ ਰਨਿੰਗ, 1 ਘੰਟਾ ਰਨਿੰਗ ਲਾ ਲਈ, ਠੀਕ ਹੈ, ਸਪਰਿੰਟਾਂ ਲਾ ਲਈਆਂ, ਹੋਰ ਸਟ੍ਰੈਚਿੰਗ ਕਰ ਲਈ, ਸ਼ਾਮ ਨੂੰ ਗਰਾਊਂਡ ਵਰਕ ਕਰੀਦਾ ਆਪਣਾ, ਕੁਸ਼ਤੀ ਲਾ ਲਈ ਜਾਂ ਗਰਾਊਂਡ 'ਚ ਪ੍ਰੈਕਟਿਸ ਕਰ ਲਈ। ਭਾਅ ਜੀ ਲਹਿੰਦੇ ਪੰਜਾਬ ਦਾ ਕਿਹੜਾ ਤੁਹਾਡਾ ਫੇਵਰੇਟ ਖਿਲਾੜੀ ਆ? ਭਾਅ ਜੀ ਆਪਣਾ ਜੀਮ ਚੱਠਾ ਆ। ਅੱਛਾ, ਜੀਮ ਚੱਠਾ, ਉਹਨਾਂ ਨਾਲ ਆਪਣਾ ਬਹੁਤ ਜਿੱਦਾਂ ਇਕੱਠੇ ਰਹੀਦਾ ਨਾ, ਅਤੇ ਪਿਆਰ ਪੂਰੀ ਬਹੁਤ ਆਪਣੇ ਨਾਲ, ਤਾਂ ਪਸੰਦ ਵੀ ਬਹੁਤ ਨੇ, ਕਬੱਡੀ ਬਹੁਤ ਸੋਹਣੀ ਪਾਉਂਦੇ ਆ, ਸੋਹਣੀ ਕਬੱਡੀ ਪਾਉਂਦਾ। ਹਾਂਜੀ ਭਾਅ ਜੀ, ਜਿਹੜਾ ਉਹ ਮੁੰਡਾ ਆ ਕੇ ਇੱਥੇ ਖੇਡਦਾ, ਉਹ ਨਾ ਵੇਟ ਦਾ ਵੀ ਮਤਲਬ ਛੋਟੇ ਸਰੀਰ ਦਾ ਮੁੰਡਾ ਹੈ, ਲੇਕਿਨ ਤੁਹਾਨੂੰ ਉਹਦੀ ਕਬੱਡੀ ਵੀ ਅੱਛੀ ਲੱਗਦੀ? ਹਾਂਜੀ ਭਾਅ ਜੀ, ਬਹੁਤ ਵਧੀਆ ਲੱਗਦੀ, ਜਿੱਦਾਂ ਮਤਲਬ 2 ਕੱਪਾਂ ਦਾ ਬੈਸਟ ਵੀ ਹੈ ਨਾ। ਅੱਛਾ, ਅਤੇ ਉਹ ਵੀ ਮੈਂ ਮੈਚ ਵੇਖੇ ਸਾਰੇ, ਬਹੁਤ ਵਧੀਆ ਸੋਹਣਾ ਖੇਡਦਾ। ਤੁਹਾਨੂੰ ਸੁਭਾਅ ਕਿੱਦਾਂ ਲੱਗਾ ਉਹਨਾਂ ਦਾ? ਪਿਆਰ ਸੁਭਾਅ ਬਹੁਤ ਸੋਹਣਾ ਭਾਅ ਜੀ, ਭਰਾ ਵਾਂਗੂ ਰਹੀਦਾ, ਕੋਈ ਚੱਕਰ ਨਹੀਂ ਇੱਦਾਂ ਦਾ ਵੀ ਜਿੱਦਾਂ ਲੈਂਦੇ ਪੰਜਾਬ ਤੋਂ, ਕੋਈ ਚੱਕਰ ਨਹੀਂ ਆਪਣੇ ਭਰਾਵਾਂ ਦਾ ਲੱਗੇ। ਕਿਹੜੇ ਬੰਦੇ ਨੂੰ ਤੁਸੀਂ ਵੇਖ ਕੇ ਆਪਣੀ ਕਬੱਡੀ ਦਾ ਆਗਾਜ਼ ਕੀਤਾ, ਕਬੱਡੀ ਸ਼ੁਰੂ ਕੀਤੀ? ਕਿਹੜਾ ਮਤਲਬ ਫੇਵਰਟ ਖਿਲਾੜੀ ਸੀ ਤੁਹਾਡਾ? ਕਬੱਡੀ ਭਾਅ ਜੀ ਆਪਣਾ ਭਰਾ ਖੇਡਦਾ ਹੈ ਵੱਡਾ, ਗੱਜਣ ਦੇ ਬਾਬ ਡੇਰਾ ਬਨਾਨਕ ਤੋਂ, ਉਹਨਾਂ ਨਾਲ ਵੇਖ ਕੇ ਆਪਾਂ ਖੇਡਣੀ ਸ਼ੁਰੂ ਕੀਤੀ। ਅੱਛਾ, ਭਰਾ ਨੂੰ ਖੇਡ ਕੇ? ਹਾਂਜੀ। ਅਤੇ ਆਪਣਾ ਉਸਤਾਦ ਕੌਣ ਆ? ਉਸਤਾਦ ਭਾਅ ਜੀ ਮੇਰਾ ਗੱਜਣ, ਡੇਰਾ ਬਨਾਨਕ। ਅੱਛਾ, ਉਸਤਾਦ ਗੱਜਣ।
इस साल टीम ने कोई फाइनल क्वालीफाई किया या सेमीफाइनल खेडी नहीं खेडी नहीं भाजी क्योंकि मैं तो पहला मेरा वीजा नहीं लगा मैं दो कप ही खेडिया बस दो कप खेड पहले कप नहीं मैं खेडिया इस करके टीम अपनी वीक ही पहला हूँ चलो वधिया हो गई अपनी तो दो कपा के किन स्टाफ किए मैं पहले चाहिए तीन ही भी तीन ही छे स्टाफ हो गए ठीक है जी तुम साढ़े इस भरा की गलबात सुनी अज भी इन्हें अच्छे परफॉर्म किए लेकिन क्या थोड़ा जो रेडर स्ट्रगलिंग कर रहे तो इन्हों की गलबात अगर पसंद आई तो साड़ी वीडियो लाइक भी करना भाजी ने सपोर्ट करना थैंक यू वेरी मच।